ਮੋਹਾਲੀ 'ਚ ਹੁਣ ਚੋਰਾਂ ਨੇ ਗੁਰੂ ਘਰਾਂ ਅਤੇ ਮੰਦਰਾਂ 'ਚ ਚੋਰੀ ਕਰਨ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣਾ ਸ਼ੁਰੂ ਕਰ ਦਿੱਤਾ ਹੈ। ਜਿੱਥੇ ਥੋੜ੍ਹੇ ਦਿਨ ਪਹਿਲਾਂ ਹੀ ਮੋਹਾਲੀ ਦੇ ਗੁਰੂ ਘਰ 'ਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ, ਉੱਥੇ ਹੀ ਹੁਣ ਮੋਹਾਲੀ ਦੇ ਪੰਜ ਫੇਸ 'ਚ ਪੈਂਦੇ ਮੰਦਰ ਸ਼੍ਰੀ ਹਰਿਮੰਦਰ 'ਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ, ਜੋ ਕਿ 3 ਕਿਲੋ ਚਾਂਦੀ ਦਾ ਪੱਤਰਾ ਅਤੇ 1.5 ਕਿਲੋ ਚਾਂਦੀ ਦਾ ਸੱਪ ਲੈ ਕੇ ਫਰਾਰ ਹੋ ਗਏ। ਸੀਸੀਟੀਵੀ ਕੈਮਰੇ 'ਚ ਕੈਦ ਇਸ ਵੀਡੀਓ 'ਚ ਤੁਸੀਂ ਸਾਫ ਦੇਖ ਸਕਦੇ ਹੋ ਕਿ ਚੋਰ ਕਿਸ ਤਰ੍ਹਾਂ ਜੁੱਤੇ ਸਮੇਤ ਮੰਦਰ 'ਚ ਦਾਖਲ ਹੁੰਦੇ ਨੇ ਅਤੇ ਸ਼ਿਵਲਿੰਗ 'ਤੇ ਚੜ੍ਹੇ ਚਾਂਦੀ ਦੇ ਪੱਤਰੇ ਨੂੰ ਕਿਸ ਤਰ੍ਹਾਂ ਕੱਢ ਰਹੇ ਨੇ, ਅਤੇ ਚੋਰ ਪੂਰੇ 2 ਘੰਟੇ ਇਸੇ ਤਰ੍ਹਾਂ ਆਰਾਮ ਨਾਲ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਰਹੇ। 4:25 ਇੱਕ ਲੇਡੀਜ਼ ਹੈ ਬੈਨ ਬੀਨਾ ਵਰਮਾ ਬਿਨਾ ਚੋਪੜਾ, ਉਹਨੇ ਕੁੰਡੀ ਖੜਖੜਾਈ ਬਾਹਰ, ਫਿਰ ਹਮਨੇ ਮੰਦਿਰ ਕਾ ਬਾਹਰ ਕਾ ਕਮਰਾ ਉਹ ਗੇਟ ਖੋਲਾ, ਫਿਰ ਇਹ ਗੇਟ ਖੋਲਾ ਮੰਦਿਰ ਕਾ, ਅੰਦਰ ਗਏ ਤੋ ਪੰਡਿਤ ਜੀ ਕਾ ਲੈਪਟੋਪ ਆਗੇ ਲੈ ਜਾ ਰੱਖਾ ਥਾ, ਸ਼ਿਵ ਜੀ ਕੀ ਤਿਰਸੂਲ ਉਹ ਆਗੇ ਪੜੀ ਹੋਈ ਥੀ, ਜਹਾਂ ਉਹਨੇ ਕੈਮਰੇ ਮੈਂ ਵੋ ਡਾਲਾ ਕੰਬਲ, ਫਿਰ ਹਮਨੇ ਲਾਈਟ ਬਾਲੀ ਤੋ ਦੇਖਾ ਅੰਦਰ ਸ਼ਿਵ ਜੀ ਕਾ ਉਹ ਚਾਂਦੀ ਕਾ ਜੋ ਪੱਤਰਾ ਚੜਾਇਆ ਹੁਆ ਥਾ ਵੋ ਨਿਕਾਲ ਦਿਆ, ਫਿਰ ਹਮਨੇ ਸਾਰੇ ਗੱਲੇ ਚੈੱਕ ਕਰੇ, ਗੱਲੇ ਠੀਕ ਥੇ, ਗੁੰਮਤ ਕੇ ਪਿੱਛੇ ਗਏ ਤੋ ਦੇਖਾ ਵਹਾਂ ਖਿੜਕੀ ਤੋੜੀ ਹੋਈ, ਉਸੀ ਰਾਸਤੇ ਉਹ ਅੰਦਰ ਵੜੇ। ਲਗਭਗ 1:55 ਜਾਂ 2 ਵਜੇ ਦੇ ਕਰੀਬ ਬੰਦੇ ਜਿਹੜੇ ਹੈਗੇ ਆ ਚੋਰ ਉਹ ਮੰਦਰ ਦੇ ਵਿੱਚ ਐਂਟਰ ਕਰੇ ਔਰ ਲਗਭਗ 2 ਘੰਟੇ ਉਹ ਮੰਦਰ ਦੇ ਵਿੱਚ ਰਹੇ। ਸਵੇਰੇ 4 ਵਜੇ ਤੱਕ ਮੰਦਰ 'ਚ ਰਹੇ ਅਤੇ 4 ਵਜੇ ਤੱਕ ਉਹਨਾਂ ਨੇ ਜਿਹੜਾ ਚੋਰੀ ਨੂੰ ਆਪਣੇ ਜਿਹੜੇ ਕਰਿਆ ਉਹਦੇ ਵਿੱਚ ਚਾਂਦੀ ਦਾ ਪੱਤਰਾ ਜਿਹੜਾ ਸ਼ਿਵਲਿੰਗ 'ਤੇ ਚੜ੍ਹਿਆ ਹੋਇਆ ਸੀਗਾ ਕਿਸੇ ਦਾਨੀ ਸੱਜਣ ਨੇ ਦਿੱਤਾ ਸੀ, ਉਹ ਸਾਰਾ ਪੱਤਰਾ ਜਿਹੜਾ ਹੈ ਉਹ ਤਾਰ ਕੇ ਲੈ ਗਏ। ਉਸ ਤੋਂ ਇਲਾਵਾ ਜਿਹੜਾ ਚਾਂਦੀ ਦਾ ਸੱਪ ਸੀਗਾ ਉਹ ਵੀ ਤਾਰ ਕੇ ਲੈ ਗਏ। ਉੱਥੇ ਹੀ ਥਾਣਾ ਫੇਸ 1 ਦੇ ਇੰਚਾਰਜ ਦਾ ਕਹਿਣਾ ਸੀ ਕਿ ਜੋ ਵੀ ਇਸ ਤਰ੍ਹਾਂ ਦੀ ਮਾੜੀ ਹਰਕਤ ਨੂੰ ਅੰਜਾਮ ਦਿੰਦੇ ਹਨ ਉਹਨਾਂ ਨੂੰ ਕਿਸੇ ਵੀ ਹਾਲਤ 'ਚ ਬਖਸ਼ਿਆ ਨਹੀਂ ਜਾਵੇਗਾ ਅਤੇ ਜਲਦ ਹੀ ਇਹਨਾਂ ਚੋਰਾਂ ਦੇ ਖਿਲਾਫ਼ ਕਾਰਵਾਈ ਨੂੰ ਅਮਲ 'ਚ ਲਿਆਂਦਾ ਜਾਵੇਗਾ। ਇੱਥੇ 5 ਫੇਸ ਦਾ ਮੰਦਰ ਹੈ ਜਿਸ ਦੇ ਵਿੱਚ ਅਸੀਂ CCTV ਚੈੱਕ ਕੀਤਾ, 2:30 ਵਜੇ ਦੇ ਕਰੀਬ 2 ਬੰਦੇ ਸ਼ੱਕੀ ਅੰਦਰ ਐਂਟਰ ਹੋ ਰਹੇ ਨੇ ਜਿਹੜੇ ਮੌਕੇ ਕੈਪ ਆਏ ਸੀਗੇ ਅਤੇ ਜਿਹਨਾਂ ਨੇ ਮੰਦਰ ਦੇ ਵਿੱਚ ਐਂਟਰ ਕਰਕੇ ਸ਼ਿਵਜੀ ਮਹਾਰਾਜ ਦੇ ਉੱਪਰ ਜਿਹੜਾ ਸ਼ਿਵਲਿੰਗ ਦੇ ਉੱਪਰ ਜਿਹੜਾ ਛੱਤਰ ਸੀਗਾ ਜਿਹੜਾ ਕਵਰ ਕੀਤਾ ਸੀਗਾ ਉਹਨੂੰ ਲੈ ਗਏ ਨੇ ਅਨਨੋਨ ਪਰਸਨ, ਜੋ ਕਿ ਬੜੀ ਹੀ ਮਾੜੀ ਗੱਲ ਹੈ। ਫਿਲਹਾਲ ਪੁਲਿਸ ਵੱਲੋਂ ਚੋਰਾਂ ਦੇ ਫਿੰਗਰਪ੍ਰਿੰਟ ਅਤੇ CCTV ਫੁਟੇਜ ਦੇ ਆਧਾਰ 'ਤੇ ਮਾਮਲੇ ਦੀ ਜਾਂਚ ਕਾਰਵਾਈ ਕੀਤੀ ਜਾ ਰਹੀ ਹੈ। ਹੁਣ ਦੇਖਣਾ ਹੋਵੇਗਾ ਕਿ ਇਹ ਚੋਰ ਕਿੰਨੀ ਛੇਤੀ ਪੁਲਿਸ ਦੀ ਗ੍ਰਿਫਤ ਵਿੱਚ ਆਉਂਦੇ ਨੇ। ਸਤਿ ਸ਼੍ਰੀ ਅਕਾਲ। ਜੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ੇ 'ਤੇ ਜਾਣਾ ਚਾਹੁੰਦੇ ਹੋ ਤੇ January 2020 ਦੇ ਦਾਖਲੇ ਖੁੱਲ ਚੁੱਕੇ ਹਨ, ਯੂਨੋ SDS non-SDS ਯੂਨੀਵਰਸਿਟੀ ਪ੍ਰਣਾਲੀ ਦੇ ਅੰਦਰ ਤੁਸੀਂ ਜਨਵਰੀ ਸੈਸ਼ਨ ਦੇ ਲਈ ਦਾਖਲਾ ਲੈ ਕੇ ਟਾਈਮ ਸਿਰ ਆਪਣਾ ਵੀਜ਼ਾ ਫਾਈਲ ਕਰ ਸਕਦੇ ਹੋ ਔਰ ਕੈਨੇਡਾ ਜਾਣ ਦੇ ਆਪਣੇ ਸੁਪਨੇ ਨੂੰ ਸਾਕਾਰ ਕਰ ਸਕਦੇ ਹੋ।